ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆਓ ਗੱਲ ਕਰਦੇ ਹਾਂ ਜੀ ਐਲੀ ਮਾਂਗੜ ਦੇ ਨਵੇਂ ਗਾਣੇ ਉਸਤਾਦ ਜੀ ਦੀ ਜੀ ਹਾਂ ਦੋਸਤੋ ਜਿੱਥੇ ਇਸ ਗਾਣੇ ਨੂੰ 2 ਦਿਨਾਂ ਦੇ ਵਿੱਚ 7 ਮਿਲੀਅਨ ਵਿਊ ਕ੍ਰੋਸ ਕਰ ਗਏ ਨੇ ਤੇ ਉੱਥੇ ਹੀ ਹਜੇ ਤੱਕ ਕਮੈਂਟ 12,000 ਹੀ ਹੋਏ ਨੇ ਤੇ ਕਮੈਂਟਾਂ ਵਿੱਚ ਵੀ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਐਲੀ ਮਾਂਗੜ ਨੇ ਵਿਊ ਫੇਕ ਕਰਵਾਏ ਨੇ ਤੇ ਆਓ ਝਲਕ ਮਾਰਦੇ ਹਾਂ ਜੀ ਕੁਝ ਕਮੈਂਟਾਂ ਦੇ ਵੱਲ ਇੱਕ ਵੀਰ ਨੇ ਕਮੈਂਟ ਕੀਤਾ ਹੈ ਕਿ ਕੱਲ 7.3 ਮਿਲੀਅਨ ਵਿਊ ਸੀ ਤੇ ਹੁਣ 7.1 ਮਿਲੀਅਨ ਤੇ ਇੱਕ ਵੀਰ ਦਾ ਕਹਿਣਾ ਹੈ ਕਿ ਵਿਊ ਵਾਧੇ ਤਾਂ ਦੇਖੇ ਸੀ ਘਟਦੇ ਪਹਿਲੀ ਵਾਰ ਦੇਖੇ ਆ ਤੇ ਇੱਕ ਵੀਰ ਦਾ ਕਹਿਣਾ ਹੈ ਕਿ ਵਿਊ ਹੁਣ ਤੱਕ ਵਾਧੇ ਦੇਖੇ ਸੀ ਪਰ ਵੱਧ ਕੇ ਘਟਦੇ ਪਹਿਲੀ ਵਾਰ ਦੇਖੇ ਨੇ ਤੇ ਇੱਕ ਵੀਰ ਨੇ ਤਾਂ ਸਿਰਾ ਹੀ ਲਾ ਦਿੱਤਾ ਤੇ ਲਿਖਿਆ ਹੈ ਕਿ 1 ਮਿਲੀਅਨ ਤੋਂ ਸਿੱਧਾ 7 ਉਹ ਭਰਾਵਾ ਇਹ ਕੀ ਕਰਨ ਡਿਆ ਲਾਈਕ 24,000 ਤੇ ਇੱਕ ਵੀਰ ਦਾ ਕਹਿਣਾ ਹੈ ਕਿ ਵਿਊ 'ਚ ਤਾਂ ਡਰੇਕ ਵੀ ਫੇਲ ਕਰਤਾ ਐਲੀ ਹੁਣਾਂ ਨੇ ਬਾਬਾ 25,000 ਲਾਈਕ ਤੇ ਵੀ ਲਾ ਲੈਣੇ ਸੀ ਤੇ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਹੈ ਆਪਣੇ ਸੁਝਾਅ ਕਮੈਂਟ ਬਾਕਸ ਜ਼ਰੂਰ ਦੇ ਦਿਓ ਤੇ ਹੁਣ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਐਲੀ ਮਾਂਗੜ ਨੇ ਸਿੱਧੂ ਮੂਸੇਵਾਲੇ ਨੂੰ ਜਵਾਬ ਦੇਣ ਲਈ ਕੀਤਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਊ ਫੇਕ ਨੇ ਜਾਂ ਰੀਅਲ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਕਿਸ ਦੀ ਸਪੋਰਟ ਕਰਦੇ ਹੋ ਸਿੱਧੂ ਮੂਸੇਵਾਲਾ ਜਾਂ ਫਿਰ ਐਲੀ ਮਾਂਗੜ ਕਮੈਂਟ ਬਾਕਸ 'ਚ ਸਿੱਧੂ ਮੂਸੇਵਾਲਾ ਤੇ ਐਲੀ ਮਾਂਗੜ ਲਿਖ ਕੇ ਜ਼ਰੂਰ ਦੱਸਣਾ ਤੇ ਹੁਣ ਤੱਕ ਲਈ ਇੰਨਾ ਹੀ ਜਲਦੀ ਮਿਲਾਂਗੇ ਕਿਸੇ ਨਵੀਂ ਤੇ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਜੁੜੇ ਰਹੋ ਸੁੱਖ ਟੀਵੀ ਦੇ ਨਾਲ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ।